ਸ਼ੀਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਆਨਲਾਈਨ ਵਿਦਿਅਕ ਮੁਕਾਬਲੇ ਮਿਤੀ 12 10 2020 ਤੋਂ 18 10 2020 ਤੱਕ ਸਕੂਲ ਸਿੱਖਿਆ ਵਿਭਾਗ ਪੰਜਾਬ ਵੱਲੋਂ ਕਰਵਾਏ ਜਾ ਰਹੇ ਹਨ ਵਿਦਿਆਰਥੀਆਂ ਦੁਆਰਾ ਸਲੋਗਨ ਬਣਾਉਣ ਅਤੇ ਅਪਲੋਡ ਕਰਨ ਦਾ ਸਮਾਂ 12 ਅਕਤੂਬਰ ਤੋਂ 16 ਅਕਤੂਬਰ ਤੱਕ ਦਾ ਹੋਵੇਗਾ ਇਸ ਪ੍ਰਤੀਯੋਗਤਾ 'ਚ ਪਾਰਟ ਲੈਣ ਵਾਲੇ ਵਿਦਿਆਰਥੀਆਂ ਨੂੰ ਕੁਝ ਜ਼ਰੂਰੀ ਗੱਲਾਂ ਦਾ ਧਿਆਨ ਰੱਖਣਾ ਪਵੇਗਾ ਜੋ ਇਸ ਪ੍ਰਕਾਰ ਹਨ ਇਹ ਪ੍ਰਤੀਯੋਗਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਉੱਤੇ ਹੀ ਅਧਾਰਿਤ ਹੈ ਸਲੋਗਨ ਅਤੇ ਉਸ ਦੇ ਨਾਲ ਤੁਸੀਂ ਚਿੱਤਰ ਵੀ ਬਣਾ ਸਕਦੇ ਹੋ ਪਰ ਗੁਰੂ ਮਰਿਆਦਾ ਦਾ ਪੂਰਨ ਖਿਆਲ ਰੱਖਿਆ ਜਾਵੇ ਜੀ ਸਮਾ ਪ੍ਰਾਇਮਰੀ ਵਰਗ ਲਈ 1 ਘੰਟਾ ਮਿਡਲ ਅਤੇ ਸਕੈਂਡਰੀ ਵਰਗ ਲਈ 2 ਘੰਟੇ ਹੋਵੇਗਾ ਸ਼ੀਟ ਦਾ ਆਕਾਰ ਇੰਚਾਂ ਵਿੱਚ ਪ੍ਰਾਇਮਰੀ ਵਰਗ 11x15 ਮਿਡਲ ਅਤੇ ਸਕੈਂਡਰੀ ਵਰਗ ਲਈ Bx15 ਦਾ ਹੋਵੇਗਾ ਸਲੋਗਨ ਵਿੱਚ ਅੱਖਰਾਂ ਦਾ ਸਾਈਜ਼ ਘੱਟੋ-ਘੱਟ 3x5 ਸੈਂਟੀਮੀਟਰ ਹੋਵੇ ਜੀ। ਸਲੋਗਨ ਲਿਖਣ ਲੱਗਿਆਂ ਉੱਪਰ-ਥੱਲੇ, ਸੱਜੇ-ਖੱਬੇ ਸਪੇਸ ਦੀ ਬਰਾਬਰਤਾ ਦਾ ਧਿਆਨ ਰੱਖਿਆ ਜਾਵੇ। ਸਲੋਗਨ ਨੂੰ ਵਧੀਆ ਬਣਾਉਣ ਲਈ 3D ਰੂਪ ਵਿੱਚ ਵੀ ਬਣਾਇਆ ਜਾ ਸਕਦਾ ਹੈ। ਸਲੋਗਨ ਕਿਸੇ ਵੀ ਭਾਸ਼ਾ 'ਚ ਅਤੇ ਕਿਸੇ ਵੀ ਰੰਗ ਨਾਲ ਬਣਾਇਆ ਜਾ ਸਕਦਾ ਹੈ। ਸਟੂਡੈਂਟਸ ਨੇ ਸਲੋਗਨ ਬਣਾਉਂਦਿਆਂ ਦੀ 3 ਮਿੰਟ ਦੀ ਵੀਡੀਓ ਬਣਾਉਣੀ ਹੈ। ਅਤੇ ਇਸ ਤੋਂ ਇਲਾਵਾ ਹਰ ਸਲੋਗਨ ਬਣੇ ਤੇ ਦੋ ਫੋਟੋਆਂ ਔਰ ਪੂਰਾ ਸਲੋਗਨ ਬਣੇ ਤੇ ਵੀ ਦੋ ਫੋਟੋਆਂ ਕਲਿੱਕ ਕਰਨੀਆਂ ਹਨ ਅਤੇ ਆਪਣੇ ਅਧਿਆਪਕਾਂ ਨੂੰ ਭੇਜਣੀਆਂ ਹਨ ਨੋਟ ਸ਼ੀਟ ਦਾ ਆਕਾਰ ਜਿਵੇਂ ਦੱਸਿਆ ਗਿਆ ਹੈ ਉਹੀ ਵਰਤਣਾ ਹੈ ਇਸ ਤੋਂ ਇਲਾਵਾ ਹੋਰ ਜਾਣਕਾਰੀ ਲਈ ਇਹ ਚੈਨਲ ਨੂੰ ਸਬਸਕ੍ਰਾਈਬ ਕਰੋ ਥੈਂਕ ਯੂ ਧੰਨਵਾਦ